ਅਸੀਂ ਤੇ ਸਾਰੇ ਮਿਊਂਸੀਪਲ ਕਮਿਸ਼ਨਰ ਦੀ ਗ੍ਰਿਫਤਾਰੀ ਦੇਣ ਵਾਸਤੇ ਆਏ ਆ। SH ਨੂੰ ਬੇਨਤੀ ਕੀਤੀ ਅਸੀਂ ਕਿ ਚੁੱਪ ਕਰਕੇ ਨਾ ਜੀ, ਸਾਰੇ MC ਆਏ ਨੇ, ਉਹਨਾਂ ਨੂੰ ਗ੍ਰਿਫਤਾਰ ਕਰੋ, ਇੱਕ ਇੱਕ ਨੂੰ ਗ੍ਰਿਫਤਾਰ ਕਰਨ ਦੀ ਬਾਅਦ ਸਾਰਿਆਂ ਨੂੰ ਅੰਦਰ ਕਰੋ, ਅਸੀਂ ਉਹਨਾਂ ਨੂੰ ਗ੍ਰਿਫਤਾਰ ਹੁੰਦੇ ਦੇਖਣਾ ਚਾਹੁੰਦੇ ਹਾਂ। FIR ਦਰਜ ਕਰ ਦੇਣਾ, ਇਟ ਇਜ਼ ਅਨਵਾਂਟਿਡ ਅਨਕਾਲਡ ਫਾਰ, ਇਹ ਬਿਲਕੁਲ ਧੱਕੇਸ਼ਾਹੀ ਹੈ, ਪੁਲਿਸ ਦੀ ਨਾਦਰਸ਼ਾਹੀ ਹੈ ਕਿ ਬਈ ਇੱਕ MC ਆਪਣੇ ਕੰਮ ਦੀ ਦੇਖਭਾਲ ਕਰ ਰਿਹਾ, ਮੇਅਰ ਸਾਹਿਬ ਉੱਥੇ ਮੌਜੂਦ ਨੇ, ਕੋਈ ਛੋਟਾ ਜਿਹਾ ਕਾਰਜਕਰਤਾ ਕਾਂਗਰਸ ਆਉਂਦਾ ਤੇ ਜਾ ਕਰਕੇ MC ਨੂੰ ਗਲੋਂ ਫੜ ਦਿੰਦਾ, ਕੋਈ ਮਤਲਬ ਗੱਲ ਤਾਂ ਨਾ ਬਣੀ ਨਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪ੍ਰੋਪਰ ਇਨਕੁਆਇਰੀ ਕਰਦੇ, ਇਨਕੁਆਇਰੀ ਕਰਨ ਦੇ ਬਾਅਦ ਜੋ ਆਦਮੀ ਦੋਸ਼ੀ ਹੁੰਦਾ ਉਹਨੂੰ ਸਜ਼ਾ ਦਿੰਦੇ। ਅਸੀਂ ਇਹ ਨਿਰਣੇ ਕੀਤਾ ਕੱਲ੍ਹ ਪ੍ਰੈਸ ਕਾਨਫਰੰਸ 'ਚ ਕਿ ਇਹ DC ਤੁਰੰਤ ਬਦਲਿਆ ਜਾਵੇ, ਇਹ SSP ਤੁਰੰਤ ਬਦਲਿਆ ਜਾਵੇ, ਇਹਨਾਂ ਦੀ ਜ਼ੇਰੇ ਸਦਾਰਤ ਪਾਰਲੀਮੈਂਟ ਦਾ ਇਲੈਕਸ਼ਨ ਜਿਹੜਾ ਹੈ ਉਹ ਠੀਕ ਤਰੀਕੇ ਦੇ ਨਾਲ ਨਿਸ਼ਪਕਸ਼ ਨਹੀਂ ਹੋ ਸਕਦਾ ਔਰ ਆਜ਼ਾਦਾਨਾ ਮੁਸਫਾਨਾ ਨਹੀਂ ਹੋ ਸਕਦਾ। ਇਹ ਪੁਲਿਸ ਛੋਟੀ ਛੋਟੀਆਂ ਗੱਲਾਂ ਦੇ ਉੱਤੇ ਪਰਚੇ ਦਰਜ ਕਰਨੀਆਂ, ਕਰੇ, ਸਾਰਿਆਂ ਨੂੰ ਗ੍ਰਿਫਤਾਰ ਕਰੇ, ਅਸੀਂ BJP ਦੇ ਸਾਰੇ ਗ੍ਰਿਫਤਾਰ ਕਰਨੇ, ਜ਼ਰੂਰੀ ਅਸੀਂ ਇਲੈਕਸ਼ਨ ਲੜਨਾ, ਚੁੱਪ ਕਰਕੇ ਅੰਦਰ ਕਰਨੇ ਆ, ਅੰਦਰ ਜਾਂਦੇ ਹਾਂ, ਅੰਦਰ ਜਾ ਕਰਕੇ ਚੁੱਪ ਕਰਕੇ ਬਹਿੰਦੇ, ਉੱਥੇ ਜੋ ਕੁਝ ਹੁੰਦਾ ਦੇਖਣੇ, ਲੋਕਤੰਤਰ ਦੇ ਅੰਦਰ ਸਾਡਾ ਅਧਿਕਾਰ ਹੈ ਪ੍ਰੋਟੈਸਟ ਕਰਨਾ, ਧਰਨੇ ਦੇਣੇ, ਜਲੂਸ ਕੱਢਣੇ, ਸਰਕਾਰ ਨੂੰ ਬੇਨਕਾਬ ਕਰਨਾ ਸਾਡਾ ਅਧਿਕਾਰ ਹੈ, ਅਸੀਂ ਆਏ ਹਾਂ ਸਾਨੂੰ ਗ੍ਰਿਫਤਾਰ ਕਰਨ, ਬਸ ਇੰਨੀ ਗੱਲ। ਅਸੀਂ ਥਾਣੇ ਦਾ ਘਰਾਬ ਨਹੀਂ ਕੀਤਾ, ਅਸੀਂ ਥਾਣੇ ਦੇ ਅੰਦਰ ਆਪਣੇ MC ਦੇ ਨਾਲ ਸਾਰੇ ਆਏ ਹਾਂ, ਮੇਅਰ ਸਾਹਿਬ ਵੀ ਆਏ ਨੇ, ਮਾਸਟਰ ਜੀ, ਸਾਡੇ ਮੌਜੂਦਾ ਵਿਧਾਇਕ ਦਿਨੇਸ਼ ਸਿੰਘ ਬੱਬੂ ਜੀ, ਜ਼ਿਲ੍ਹਾ ਅਧਿਕਸ਼ ਵਿਪਨ ਜੀ, ਭੈਣ ਸੀਮਾ ਜੀ ਔਰ ਸਾਰੇ ਪਾਰਟੀ ਦੇ ਅਹੁਦੇਦਾਰ ਇੱਥੇ ਗ੍ਰਿਫਤਾਰੀ ਦੇਣ ਆਏ ਹਾਂ। ਗ੍ਰਿਫਤਾਰੀ ਦੇਣ ਦੀ ਨੌਬਤ ਕਿਉਂ ਆਈ? ਕਾਰਨ ਇਹ ਹੈ ਕਿ 14ਵੇਂ ਵਿੱਤ ਕਮਿਸ਼ਨ ਦੇ ਜਿਹੜੇ 14 ਦੇ ਪੈਸੇ ਹੈ, ਜਿਹੜੇ ਟੈਂਡਰ ਪੁਰਾਣੇ ਲੱਗੇ ਹੋਏ ਆ, ਉਹਨਾਂ ਦੇ ਆਧਾਰ 'ਤੇ ਵਾਰਡਾਂ 'ਚ ਕੰਮ ਹੋ ਰਿਹਾ। 2 ਸਾਲ ਤਾਂ ਇਸ ਸਰਕਾਰ ਨੇ, ਨਕਮੀ ਸਰਕਾਰ ਨੇ ਔਰ MLA ਨੇ ਕੋਈ ਕੰਮ ਨਹੀਂ ਕਰਾਇਆ। ਅਗਰ ਉਹ ਕੰਮ ਹੋ ਰਹੇ ਨੇ, ਮਾਨੋ ਵਾਰਡ ਦੇ MC ਨੂੰ ਇਹ ਦੇਖਣ ਦਾ ਅਧਿਕਾਰ ਹੈ ਕਿ ਮੇਰੇ ਵਾਰਡ 'ਚ ਜਿਹੜੀ ਲੁੱਕ ਪੈ ਰਹੀ ਹੈ, ਜਿਹੜੀ ਸੜਕ ਪੈ ਰਹੀ ਹੈ, ਉਹ ਠੀਕ ਪੈ ਰਹੀ ਹੈ ਜਾਂ ਨਹੀਂ ਪੈ ਰਹੀ। ਔਰ ਮਜ਼ੇ ਦੀ ਗੱਲ ਹੈ ਕਿ ਉਹ ਇਕੱਲਾ MC ਨਹੀਂ ਹੈ, ਉਹਦੇ ਨਾਲ ਉੱਥੇ ਮੇਅਰ ਸਾਹਿਬ ਵੀ ਮੌਕੇ 'ਤੇ ਚੈਕਿੰਗ ਕਰਨ ਲਈ ਪੁੱਛਦੇ ਨੇ। ਇੱਕ ਕੋਈ ਤਥਾ ਕਥਿਤ ਕਾਂਗਰਸੀ ਬਾਲੀਆ ਨਾਂ ਦਾ ਵਿਅਕਤੀ ਉੱਥੇ ਆਉਂਦਾ ਔਰ ਸਰਕਾਰੀ ਕੰਮ 'ਚ ਰੁਕਾਵਟ ਪਾਉਂਦਾ, ਸਰਕਾਰੀ ਕੰਮ 'ਚ ਰੁਕਾਵਟ ਪਾਉਂਦਾ, ਉਹਦੇ ਬਾਅਦ ਹੁੰਦਾ ਕੀ ਹੈ, ਇੱਕ ਐਪਲੀਕੇਸ਼ਨ, ਮੈਂ ਇਲਜ਼ਾਮ ਲਗਾਉਣਾ MLA ਦੇ ਦੀ ਛੱਤਰ ਛਾਇਆ ਦੇ ਅੰਦਰ ਇੱਕ ਐਪਲੀਕੇਸ਼ਨ ਮੂਵ ਹੁੰਦੀ ਹੈ, ਸਰਕਾਰੀ ਕੰਮ 'ਚ ਅੜਚਨ ਪਾਲਣ ਵਾਲੇ 'ਤੇ ਪਰਚਾ ਨਹੀਂ ਕੀਤਾ ਜਾਂਦਾ, ਬਲਕਿ MC ਦੇ ਉੱਤੇ ਪਰਚਾ ਕੀਤਾ ਜਾਂਦਾ, ਮੇਅਰ ਦੇ। ਜੇ FIR ਦਰਜ ਹੋਈ ਹੈ, ਕਾਂਗਰਸ ਔਰ BJP ਕੇ ਵਰਕਰੋਂ ਮੇਂ ਲੜਾਈ ਹੋਈ ਹੈ, ਉਸ ਪੇ FIR ਦਰਜ ਹੋ ਗਿਆ, ਕ੍ਰੋਸ ਪਰਚਾ ਦਰਜ ਹੋਇਆ ਹੈ, ਠੀਕ ਹੈ, ਔਰ ਜੋ ਉਸਕੀ ਵੈਰੀਫਾਈ ਕਰਕੇ ਜੋ ਅਸਲੀਅਤ ਹੈ ਉਹ ਨਿਕਾਲੀ ਜਾ ਰਹੀ ਹੈ। ऐसी कोई बात नहीं है, दोनों तरफ से जो बयान दिए हैं यहाँ उसके मुताबिक कार्रवाई कर दी गई है, बाकी जो है इनकी तरफ से जो बयान देंगे वो उसके बाद उसकी कार्रवाई कर दी जाएगी। इनके इन्होंने अभी तक सिंपल कंप्लेंट दी है, कंप्लेंट के भी आप पे जो कार्रवाई बनती थी वो SHO साहब ने कर दिया, अगर वो जो स्टेटमेंट देंगे उसके मुताबिक कार्रवाई कर दी जाएगी, वो स्टेटमेंट तो दें पहले। ਬਿਲਡਿੰਗ ਦੇ ਬਾਹਰ ਇਧਰ ਪਾਸੇ ਕੱਢਣ ਕੋਈ ਤਾਂ ਆ ਜੀ ਮੈਂ ਸਰ ਬਿਲਕੁਲ ਵੱਡੀ ਗੱਲ ਸੀ ਅਸੀਂ ਸਾਰੇ ਚੋਣ ਯਾਫਤਾ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਸੀ